दुनिया के हर कोने लगभग जाके आ गया मैं। जो सुकून अपने पिंड की सवेर दोपहर तो शाम है दुनिया के किसी भी मौसम तो रुत्त नहीं। पहला अपन लौड़ा बधाइया फिर दौड़ा तो अपने आप बदनी ही सी। कुछ रुपया पिछे पिंड छड़ के शहर भज गए थे, कुछ डालर पिछे अपना वतन पंजाब ही छड़ के चले गए। शहरों के शोर शराबे कितने सुकून का साह मिलता। अगर जिंदगी दे विच सुकून नहीं तो कोई फायदा नहीं करोड़पति होने का। अगर भिखारी को सुकून आ तो मेरे ख्याल च भिखारी वधिया। सुकून होना जरूरी है। पैसा बहुत है, डिप्रेशन है, की फायदा बीमार शरीर नाल ऐसी जिंदगी जीण का। छुट्टियां विच अक्सर मैं पिंड खुशी खुशी आउंदा हाँ। लगता है किसी पिंजरे विचों पंछी आजाद हो गया होवे। तड़के 5 बजे हमेशा मैं जाग जाता हाँ। इत्थे मैं 2 लाइनां लिखिया सीगियां। सूरज तो पहला जिहड़ा उठदा कम कर वेख शेर वांग बुकदा। तंदरुस्ती हुंदी है निशानी बाई जी, मार गया जिहड़ा मनमानी बाई जी। त्याग गया जिहड़ा आलस जय खोटा नूं, बंदा होवे बस थोड़ा जिहा हिम्मती औखा नहीं कमाउणा गांधी वाले नोटां नूं। ਕਿਵੇਂ ਔਖਾ ਨਹੀਂ ਕਮਾਉਣਾ ਗਾਂਧੀ ਵਾਲੇ ਨੋਟਾਂ ਨੂੰ। ਤੜਕੇ ਉੱਠ 6-7 ਕਿਲੋਮੀਟਰ ਵਾਕ 'ਤੇ ਹਲਕੀ ਫੁਲਕੀ ਫਿਜੀਕਲ ਐਕਸਰਸਾਈਜ਼ ਮੈਂ ਹਰ ਰੋਜ਼ ਕਰਦਾ ਹਾਂ। 24 ਘੰਟੇ ਵਿੱਚੋਂ 1 ਘੰਟਾ ਆਪਣੇ ਸਰੀਰ ਲਈ ਜ਼ਰੂਰੀ ਹੈ। 2 ਵਾਰ ਸਾਹ ਦੀ ਗਤੀ ਤੇਜ਼ ਹੋਣੀ ਚਾਹੀਦੀ ਹੈ, 1 ਵਾਰ ਸਵੇਰੇ 1 ਵਾਰੀ ਸ਼ਾਮੀ, ਜਿਸ ਨਾਲ ਦਿਲ ਅਤੇ ਫੇਫੜਿਆਂ ਦੀ ਗਤੀ ਤੇਜ਼ ਹੁੰਦੀ ਹੈ, ਸਾਰੇ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਘੁੰਮ ਜਾਂਦਾ ਹੈ, ਹਾਰਟ ਅਟੈਕ ਦੇ ਚਾਂਸ ਘੱਟ ਜਾਂਦੇ ਨੇ। ਪਰ ਅੱਜ ਮੇਰਾ ਦਿਲ ਸਾਈਕਲ 'ਤੇ ਜਾਣ ਨੂੰ ਕੀਤਾ ਕਿਉਂਕਿ 2-3 ਅਜਿਹੀਆਂ ਜਗ੍ਹਾ ਸੀਗੀਆਂ, ਲੋਕੇਸ਼ਨਾਂ ਸੀ ਜਿੱਥੇ ਮੈਂ ਬਚਪਨ ਵਿੱਚ ਅਕਸਰ ਚਾਹਿਆ ਕਰਦਾ ਸੀ। ਉਹ ਪਿੱਪਲ ਦੀ ਛਾਂ, ਖੂਹ ਤੋਂ ਬਾਅਦ ਨਲਕਾ ਜਿੱਥੇ ਗਰਮੀਆਂ ਵਿੱਚ ਸਾਡਾ ਪਰਿਵਾਰ ਕਣਕ ਵੱਢਦਾ, ਦੁਪਹਿਰੇ ਪਾਣੀ ਪੀਂਦਾ, ਆਰਾਮ ਕਰਦਾ ਅਤੇ ਰੋਟੀ ਖਾਂਦਾ। ਬਹੁਤਾ ਸਕੂਨ ਮਿਲਦਾ ਹੈ ਉਹ ਪਲਾਂ ਨੂੰ ਯਾਦ ਕਰਕੇ। ਬਚਪਨ ਵਾਪਸ ਤਾਂ ਨਹੀਂ ਆ ਸਕਦਾ ਪਰ ਉਹ ਥਾਵਾਂ 'ਤੇ ਜਾ ਕੇ ਬਚਪਨ ਮਹਿਸੂਸ ਜ਼ਰੂਰ ਕਰ ਸਕਦੇ ਹਾਂ। ਇਹ ਜ਼ਿੰਦਗੀ ਹੈ ਨਾ, ਲੰਘ ਜਾਣਾ ਤੁਹਾਡੇ ਕੋਲੋਂ ਤੁਹਾਨੂੰ ਪਤਾ ਨਹੀਂ ਲੱਗਣਾ। ਕਹਿੰਦਾ ਜਿੰਦ ਨੇ ਨਾ ਪਾਈਆਂ ਪੈਰੀ ਝਾਂਜਰਾਂ, ਕੋਲੋਂ ਲੰਘ ਜਾਣਾ ਨੇ ਪੱਬ ਪੋਚ ਕੇ, ਹੱਥ ਵਿੱਚ ਆਈ ਦਾ ਨਜ਼ਾਰਾ ਨਾ ਲਵੇਂ, ਦੁਖੀ ਹੋਈ ਜਾਵੇਂ ਅੱਗੇ ਬਾਰੇ ਸੋਚ ਕੇ। ਪਹਿਲੀਆਂ 'ਚ ਨਰਕ ਭੋਗ ਆਏ ਆਪਾਂ ਜਿਹਨੂੰ ਭਾਰਤ ਦੇ ਖੋਤੇ ਨੂੰ ਸਜ਼ਾ ਹੁੰਦੀ ਹੈ। ਕਹਿੰਦਾ ਖੁਸ਼ ਰਹਿਣ ਕਰੋ, ਸਾਨੂੰ ਵਿਹਲੇ ਦੇਖ ਕੇ ਲੈਣੇ ਵੀ ਨਜ਼ਾਰੇ ਇੱਕ ਕਲਾ ਹੁੰਦੀ ਆ, ਲੈਣੇ ਵੀ ਨਜ਼ਾਰੇ ਇੱਕ ਕਲਾ ਹੁੰਦੀ। ਥੈਂਕ ਯੂ ਸੋ ਮੱਚ, ਚੈਨਲ ਕਰ ਦਿਓ ਸਬਸਕ੍ਰਾਈਬ। ਨੈਕਸਟ ਵੀਡੀਓ ਇੱਦਾਂ ਦੀ ਕੀ ਫਿਰ ਲੈ ਕੇ ਮਿਲਦੇ ਹਾਂ ਆਪਾਂ ਮੋਟੀਵੇਸ਼ਨ।